ਸ਼ਤਸੀ ਕਾਲ ਮੈਂ ਪੱਤਰਕਾਰ ਡਾਕਟਰ ਰਜਤ ਖੰਨਾ ਆਰਜੀ 24 ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਵਿਚਾਰ ਆਪੋਂ ਆਪਣੇ ਵਿੱਚ ਬਹੁਤ ਬਹੁਤ ਨਿੱਘਾ ਸਵਾਗਤ ਹੈ ਅਸੀਂ ਅੱਜ ਤੁਹਾਨੂੰ ਉਸ ਉੱਗੇ ਲੋਕ ਗਾਇਕ ਨਾਲ ਮਿਲੌਣ ਜਾ ਰਹੇ ਹਾਂ ਜਿਨ੍ਹਾਂ ਨੂੰ ਤੁਸੀਂ ਅਕਸਰ ਦੂਰਦਰਸ਼ਨ ਦੇ ਪ੍ਰੋਗਰਾਮ ਲਿਸ਼ਕਾਰਾ ਵਿੱਚ ਦੇਖਦੇ ਰਹੇ ਹੋ ਆਓ ਲੈ ਚਲਦੇ ਹਾਂ ਤੁਹਾਨੂੰ ਉਹਨਾਂ ਦੇ ਘਰ ਸਾਡੇ ਸਾਰੇਆਂ ਦੇ ਹਰਮਨ ਪਿਆਰੇ ਲੋਕ ਗਾਇਕ ਜੱਸੀ ਹਰਦੀਪ ਜੀ ਜੱਸੀ ਜੀ ਸਤਿ ਸ਼੍ਰੀ ਅਕਾਲ ਆਰਜੀ 24 ਨਿਊਜ਼ ਦੇ ਚੈਨਲ ਦੇ ਵਿੱਚ ਤੁਹਾਡਾ ਬਹੁਤ ਨਿੱਘਾ ਸਵਾਗਤ ਹੈ ਜੀ ਮੇਰੇ ਵੱਲੋਂ ਆਰਜੀ 24 ਨਿਊਜ਼ ਚੈਨਲ ਦੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਬੜਾ ਖੁਸ਼ਕਿਸਮ ਸਮਝਦਾ ਆਪਦੇ ਆਪ ਨੂੰ ਕਿ ਮੇਰੇ ਘਰ ਅੱਜ ਤੁਸੀਂ ਰਜਤ ਜੀ ਤੇ ਜਗਜੀਤ ਜੀ ਤੁਸੀਂ ਆਏ ਮੇਰੀ ਇੰਟਰਵਿਊ ਲੈਣ ਬਹੁਤ ਮੈਨੂੰ ਖੁਸ਼ੀ ਹੋਈ ਬੜਾ ਵਧੀਆ ਲੱਗਿਆ ਜੱਸੀ ਜੀ ਅਸੀਂ ਵੀ ਤੁਹਾਡਾ तहे ਦਿਲ ਤੋਂ ਧੰਨਵਾਦ ਕਰਦੇ ਆ ਜੱਸੀ ਜੀ ਤੁਸੀਂ ਆਪਣੇ ਪਿਛੋਕੜ ਬਾਰੇ ਜਾਣਕਾਰੀ ਦਿਓ ਤੁਸੀਂ ਕਿੱਥੋਂ ਦੇ ਜੰਮਪਲ ਹੋ ਮੇਰਾ ਪਿੰਡ ਆ ਜੀ ਜਨਮ ਸਥਾਨ ਆ ਮੇਰਾ ਹਾਸਕਲਾ ਪਰ ਮੇਰਾ ਜਿਹੜਾ ਬਰਥ ਹੋਇਆ ਉਹ ਨਾਨਕੇ ਪਿੰਡ ਸ੍ਰੀ ਚਮਕੌਰ ਸਾਹਿਬ ਵਿਖੇ ਹੋਇਆ ਜਿਹੜਾ ਬਹੁਤ ਹੀ ਪਵਿੱਤਰ ਧਰਤੀ ਆ ਜਿਹੜੀ ਤੇ ਹਾਸਕਲਾ ਦੀਆਂ ਗਲੀਆਂ 'ਚ ਮੈਂ ਖੇਡਿਆ ਪਲਿਆ ਤੇ ਜਵਾਨ ਹੋਇਆ ਜਸੀ ਜੀ ਬਹੁਤ ਖੂਬ ਲੱਗਿਆ ਜਸੀ ਜੀ ਤੁਹਾਨੂੰ ਗਾਉਣ ਦੀ ਚੇਟਕ ਕਿਵੇਂ ਲੱਗੀ ਤੁਹਾਡੇ ਘਰ ਵਿੱਚ ਕੋਈ ਗਾਇਕ ਸੀ ਗਾਇਕ ਤਾਂ ਨਹੀਂ ਸੀ ਪਰ ਮੇਰੇ ਮਾਤਾ ਜੀ ਨੂੰ ਭਜਨ ਵਗੈਰਾ ਸੰਗੀਤਨ ਉਹਨਾਂ ਦੀ ਮੰਡਲੀ ਬਣਾਈ ਹੋਈ ਸੀ ਲੇਡੀਜ਼ ਦੀ ਉੱਥੇ ਉਹ ਗਾਇਆ ਕਰਦੇ ਜਿਸ ਦਾ ਉਹ ਸਮਝ ਲਓ ਜੈਹੇ ਜੀ ਦੁੱਧ ਹੋ ਜੀ ਬੁੱਧ ਤੇ ਉੱਥੋਂ ਮੈਨੂੰ ਚੇਟਕ ਲੱਗੀ ਫੇਰ ਵੀ ਮੇਰੇ ਜਦੋਂ ਮੈਂ 6ਵੀਂ 7ਵੀਂ ਵਿੱਚ ਪੜ੍ਹਦਾ ਸੀ ਤਾਂ ਇੱਕ ਬਹੁਤ ਹੀ ਮੇਰੇ ਸਤਿਕਾਰਯੋਗ ਡ੍ਰੈੰਕ ਟੀਚਰ ਸੀਗੇ ਸਰਦਾਰ ਹਰਪਜਨ ਸਿੰਘ ਜੀ ਗੁਰਮ ਉਹਨਾਂ ਨੂੰ ਸ਼ੌਕ ਬੜਾ ਸੀ ਬਾਲਸਵਾ ਲਾਉਣ ਦਾ ਤੇ ਉੱਥੇ ਉਹ ਗੀਤ ਸਾਤੋਂ ਅਕਸਰ ਸੁਣਿਆ ਕਰਦੇ ਸੀ ਉੱਥੋਂ ਮੈਨੂੰ ਫਿਰ ਅੱਜ ਹੋਰ ਕੱਲ ਹੋਰ ਉੱਥੋਂ ਚਿਟਕ ਲੱਗੀ ਬਹੁਤ ਖੂਬ ਲੱਗ ਰਿਹਾ ਜੀ ਅਸੀ ਜੀ ਸਾਡਾ ਵੀ ਅੱਜ ਬੜਾ ਮਨ ਸੀ ਤੁਹਾਡੇ ਨਾਲ ਤਾਲਮਿਲ ਬਣਾਉਣ ਦਾ ਵੀ ਸਾਡਾ ਵੀ ਦਿਲ ਹੋਇਆ ਵੀ ਅਸੀਂ ਵੀ ਤੁਹਾਡੇ ਕੋਲ ਜਾਈਏ ਤੇ ਤੁਹਾਡੀ ਗਾਇਕੀ ਨੂੰ ਸੁਣੀਏ ਦੇਖੀਏ ਸੋ ਗੱਲ ਇਹ ਵੀ ਜਸੀ ਜੀ ਦਾ ਬਹੁਤ-ਬਹੁਤ ਤਹਿ ਦਿਲੋਂ ਧੰਨਵਾਦ ਹੈ ਜਿਨ੍ਹਾਂ ਨੇ ਸਾਡੇ ਲਈ ਸਮਾਂ ਕੱਢਿਆ ਜਸੀ ਜੀ ਤੁਹਾਡੀ ਪਹਿਲੀ ਟੇਪ ਮਾਰਕੀਟ ਵਿੱਚ ਕਿਹੜੀ ਆਈ ਸੀ ਜੀ ਸੌਂਗ ਦਾ ਪਹਿਲਾਂ ਵੈਸੇ ਸਿੰਗਲ ਟਰੈਕ ਦਾ ਕਾਫੀ ਆਗੇ ਸੀਟੀਸੀ ਕੰਪਨੀ ਵੱਲੋਂ ਰਿਲੀਜ਼ ਕੀਤੇ ਗਏ ਸੀ ਜੀ ਪਰ ਜਿਹੜੀ ਕੈਸਟ ਨੇ ਮੈਨੂੰ ਮੇਰੇ ਗਲ ਦਾ ਹਾਰ ਬਣੀ ਮੇਰੇ ਗਲ ਦਾ ਲੋਕਟ ਬਣੀ ਕਿਉਂਕਿ ਹਰ ਸਿੰਗਰ ਦੇ ਹਿੱਸੇ ਦੋ ਜਾਂ ਤਿੰਨ ਗੀਤ ਆਉਂਦੇ ਹੁੰਦੇ ਆ ਸਾਰੇ ਚੇਤੇ ਨਹੀਂ ਰਹਿੰਦੇ ਉਹ ਗੀਤ ਮੇਰਾ ਆਨੰਦ ਕੰਪਨੀ ਵੱਲੋਂ ਬਹੁਤ ਪਿਆਰ ਨਾਲ ਮਾਣ ਨਾਲ ਮਾਨਮਤੀ ਪੇਸ਼ਕਸ਼ ਕੀਤੀ ਗਈ ਉਹਨਾਂ ਦੀ ਚੱਲ ਨਹੀਂ ਗਈ ਦੀ ਮੇਲੇ ਨੂੰ ਚਲੀਏ ਉਹ ਗੀਤ ਮੇਰੇ ਗਲ ਦਾ ਹਾਰ ਆ ਤੇ ਮੈਂ ਹਮੇਸ਼ਾ ਆਨੰਦ ਕੰਪਨੀ ਦਾ ਰਹਿਣੀ ਰਹੂੰਗਾ ਜੈਸੀ ਜੀ ਤੁਸੀਂ ਤੁਸੀਂ ਇੱਕ ਟੀਚਰ ਹੋਣ ਦੇ ਨਾਲ ਨਾਲ ਗਾਇਕੀ ਦਾ ਵੀ ਬਣਾਈ ਰੱਖਿਆ ਸੰਬੰਧ ਕਿ ਉਹਦੇ ਵਿੱਚ ਕਦੀ ਕੋਈ ਰੁਕਾਵਟ ਨਹੀਂ ਆਈ ਕਦੇ ਵੀ ਕੋਈ ਰੁਕਾਵਟ ਨਹੀਂ ਆਈ ਮੈਂ ਆਪ ਦੇ ਜਿਹੜੇ ਅਧਿਆਪਨ ਕਿਤੇ ਨਾਲ ਪੂਰਾ ਇਨਸਾਫ ਕੀਤਾ ਕਦੇ ਵੀ ਮੈਂ ਆਪਦੇ ਜਿਹੜਾ ਸ਼ੌਕ ਸੀ ਮੇਰਾ ਗਾਇਕੀ ਦਾ ਉਹਨੂੰ ਕਦੇ ਵੀ ਉਤੇਹਾ ਵੀ ਨਹੀਂ ਹੁੰਦ ਦਿੱਤਾ ਜਿਸੀ ਜੀ ਸਭ ਤੋਂ ਵੱਡੀ ਗੱਲ ਜਿਹੜੀ ਅਸੀਂ ਪੁੱਛਣਾ ਚਾਹ ਰਹੇ ਹਾਂ ਵੀ ਤੁਸੀਂ ਸੰਗੀਤ ਦੀ تعلیم ਕਿੱਥੋਂ ਲਈ ਅ ਰਸਮੀ ਤੌਰ ਤੇ ਭਾਵੇਂ ਮੈਂ ਜਲੰਧਰ ਵਾਲੇ ਸ੍ਰੀ ਅਰਜਨਦੇਵ ਅਮਰਜੀਤ ਨੂੰ ਉਸਤਾਦ ਧਾਰਿਆ ਪਰ ਜਿਹੜੀਆਂ ਮੈਂ ਸੰਗੀਤ ਦੀਆਂ ਬਰੀਕੀਆਂ ਸਿੱਖੀਆਂ ਉਹ ਸ੍ਰੀ ਬੂਟੀਰਾਮ ਜੀ ਪ੍ਰੇਮੀ ਜਗਰਾਉਂ ਵਾਲੇ ਜੀ ਜਿਨ੍ਹਾਂ ਦੀ ਉਂਗਲ ਫੜ ਕੇ ਮੈਂ ਚੱਲਣਾ ਸਿੱਖਿਆ ਠੀਕ ਹੈ ਜਸੀ ਜੀ ਤੁਹਾਡੀ ਮਾਰਕੀਟ ਵਿੱਚ ਜਿਹੜੀ ਕੈਸਟ ਨੇ ਤੁਹਾਨੂੰ ਰਾਤੋਂ ਰਾਤ 스타 ਬਣਾ ਦਿੱਤਾ ਗਾਇਕੀ ਚ ਪਛਾਣ ਬਣਾਈ ਉਹ ਕਿਹੜੀ ਕੈਸਟ ਸੀ ਸਭ ਤੋਂ ਵਧੀਆ ਜਿਹੜੀ ਟੌਪ ਰੇਟ ਹੋਈ ਹੈ ਚੱਲ ਨਹੀਂ ਕਿਵੇਂ ਦੀ ਮੇਲੇ ਨੂੰ ਚਲੀਏ ਉਸ ਵਾਰ ਕੁੜਤੀ ਮਲਮਲ ਦੀ ਸੋਹਣੇ ਪੰਜਾਬੀ ਇਹ ਤਿੰਨੇ ਚਾਰੇ ਟਿਪਾਂ ਮੇਰੀਆਂ ਬਹੁਤ ਹੀ ਲੋਕਾਂ ਨੇ ਸਰੋਤਿਆਂ ਨੇ ਮੇਰੇ ਦਰਸ਼ਕਾਂ ਨੇ ਪਿਆਰ ਦਿੱਤਾ ਮੈਨੂੰ ਰੱਜਮਾ ਪਿਆਰ ਦਿੱਤਾ ਜਿੰਨਾ ਦਾ ਮੈਂ ਹਮੇਸ਼ਾ ساری ਜ਼ਿੰਦਗੀ ਕਰ ਜੋ ਨਹੀਂ ਉਤਾਰ ਸਕਦਾ ਜਸੂ ਜੀ ਮੈਨੂੰ ਪਤਾ ਲੱਗਿਆ ਸੀ ਵੀ ਤੁਹਾਡੀ ਕੋਈ ਮੂਵੀ ਵੀ ਆ ਰਹੀ ਹੈ ਉਹ ਮੂਵੀ ਦਾ ਨਾਮ ਕੀ ਹੈ ਤੁਸੀਂ ਉਹਦੇ ਵਿੱਚ ਕੀ ਰੋਲ ਨਿਭਾ ਰਹੇ ਹੋ ਮੂਵੀ ਹੈ ਜੀ ਸਾਡੀ ਚਾਰ ਨਕਮੇ ਉਹ ਚ ਮੈਂ ਐਜ ਸਰਪੰਚ ਜੀ ਮਤਲਬ ਕਹਿੰਦੇ ਰੋਲ ਭਾਵੇਂ ਛੋਟਾ ਹੋਵੇ ਜੀ ਪਰ ਉਹ ਯਾਦਗਾਰੀ ਹੋਵੇ ਰੋਲ ਭਾਵੇਂ ਦੀ 2 ਘੰਟੇ ਦਾ ਹੋਵੇ ਪਰ ਉਹ ਕੋਈ ਮੈਂ ਮੈਨੇ ਨਹੀਂ ਰੱਖਦੇ ਉਹ ਰੋਲ ਜਿਹਦਾ ਕੋਈ ਮੈਸੇਜ ਨਾ ਹੋਵੇ ਬਸ ਮੈਂ ਉਹ ਵਧੀਆ ਚੁਣਿਆ ਚਾਹੇ 10 ਮਿੰਟ ਦਾ ਚਾਹੇ 5 ਮਿੰਟ ਦਾ ਚਾਹੇ ਅੱਧੇ ਘੰਟੇ ਦਾ ਮੈਨੂੰ ਉਹ ਵਧੀਆ ਲੱਗਿਆ ਤਾਂ ਮੈਂ ਉਹ ਰੋਲ ਨਿਭਾਉਣ ਲਈ ਐਗਰੀ ਹੋਇਆ ਜਸੀ ਜੀ ਇਹ ਕਦੋਂ ਤੱਕ ਦਰਸ਼ਕਾਂ ਦੇ ਦੇਖਣ ਨੂੰ ਹੋਵੇਗੀ ਕਦੋਂ ਤੱਕ ਮਾਰਕੀਟ ਵਿੱਚ ਇਹ ਰਿਲੀਜ਼ ਹੋ ਜਾਏਗੀ ਮੂਵੀ ਇਹ ਅਗਲੇ 15 ਦਿਨਾਂ ਚ ਜੀ ਚੈਨਲ ਤੇ ਚੱਲਦੀ ਹੋ ਬਹੁਤ ਖੂਬ ਜੀ ਜਸੀ ਜੀ ਦੀ ਇੱਕ ਮੂਵੀ ਆ ਰਹੀ ਹੈ ਚਾਰ ਨਿਕਮੇ ਉਹ ਦਰਸ਼ਕ ਜਰੂਰ ਦੇਖਣ ਜੀ ਉਹਨਾਂ ਨੂੰ ਬਹੁਤ ਪਿਆਰ ਦੇਣ ਜਸੀ ਜੀ ਇੱਕ ਹੋਰ ਗੱਲ ਹੈ ਜਸੀ ਜੀ ਚੱਲ ਨਹੀਂ ਗੋਵਿੰਦਿਆ ਮੇਲੇ ਨੂੰ ਚਲੀਏ ਗੀਤ ਨੇ ਤੁਹਾਨੂੰ ਸਟਾਰ ਬਣਾ ਦਿੱਤਾ ਸਾਡੇ ਸਾਰੇ ਸਰੋਤੇ ਤੁਹਾਡੇ ਕੋਲੋਂ ਉਸ Song ਦੇ ਦੋ ਬੋਲ ਸੁਣਨਾ ਚਾਹੁੰਦੇ ਜ਼ਰੂਰ ਜਰੂਰ ਉਹ ਗੱਲ ਆ ਮਤਲਬ ਐਦਾਂ ਉਹਦਾ ਵਿਸ਼ਾ ਵੀ ਜਦੋਂ ਕੋਈ ਜੱਟ ਜਾਂ ਕੋਈ ਵੀ ਬਿਜ਼ਨਸਮੈਨ ਖੁਸ਼ ਹੁੰਦਾ ਚਾਰ ਪੈਸੇ ਜੇਬ 'ਚ ਹੁੰਦੇ ਆ ਜੱਟ ਦੀ ਫਸਲ ਵੇਚ ਕੇ ਜੇਬ 'ਚ ਸੋਰੀ ਭਾਰੀ ਹੋਈ ਹੁੰਦੀ ਆ ਤੁਹਾਡੀ ਗੋਬਿੰਦੀ ਨਾਲ ਕੁਝ ਵਾਦੇ ਕਰਦਾ ਉਹ ਗਾਦੇ ਬਾਦੇ ਗੀਤ ਚ ਮੈਂ ਬਿਆਨ ਕੀਤੇ ਆ ਉਹ ਧਿਆਨ ਦੇਣਾ ਸਟਾਈ ਤੇ ਅੰਤਰਾਵਾਂ ਕੋ ਥੋੜੇ ਨਾਲ ਜਰ ਕਰਨ ਸਾਂਭਤੀ ਫਸਲ ਜੱਟ ਬੇਲੇ ਹੋ ਗਏ ਜੇਬ ਵਿੱਚ ਇਕੱਠੇ ਪੈਸੇ ਢੇਲੇ ਹੋ ਗਏ ਸਾਂਭਤੀ ਫਸਲ ਜੱਟ ਬੇਲੇ ਹੋ ਗਏ ਜੇਬ ਵਿੱਚ ਪੈਸੇ ਇਕੱਠੇ ਢੇਲੇ ਹੋ ਗਏ ਖਿੱਚ ਲੈ ਤਿਆਰੀ ਨਹੀਂ ਸ਼ੁਕੀਨ ਬੱਲੀਏ ਖਿੱਚ ਲੈ ਤਿਆਰੀ ਨਹੀਂ ਸ਼ੁਕੀਨ ਬੱਲੀਏ ਚੱਲ ਨਹੀਂ ਮੈਂ ਕਿਹਾ ਚੱਲ ਨਹੀਂ ਹੇ ਚੱਲਨੀ ਗਵਿੰਦੀਏ ਮੇਲੇ ਨੂੰ ਚਲੀਏ ਚੱਲਨੀ ਗਵਿੰਦੀਏ ਮੇਲੇ ਨੂੰ ਚਲੀਏ ਹੋ ਬਹੁਤ ਖੂਬ ਲੱਗਾ ਜੱਸੀ ਜੀ ਦਾ ਇਹ Song ਚੱਲਨੀ ਗਵਿੰਦੀਏ ਮੇਲੇ ਨੂੰ ਚਲੀਏ ਮੈਂ ਆਸ ਕਰਦਾ ਕਿ ਦਰਸ਼ਕਾਂ ਨੂੰ ਵੀ ਇਹ ਬਹੁਤ ਵਧੀਆ ਲੱਗਿਆ ਹੋਵੇਗਾ ਕੀ ਬਾਤ ਹੈ ਜੱਸੀ ਜੀ ਬਹੁਤ بڑا ਹੀ ਨੰਦ ਆ ਰਿਹਾ ਤੁਹਾਡੇ ਨਾਲ ਮਿਲ ਕੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ ਬਹੁਤ ਖੂਬ ਤੁਸੀਂ ਸਾਨੂੰ ਆਪਣੇ ਦਰਸ਼ਕਾਂ ਨੂੰ ਬੜਾ ਵਿਸਥਾਰ ਨਾਲ ਦੱਸਿਆ ਆਪਣੇ ਬਾਰੇ ਜਸੀ ਜੀ ਤੁਸੀਂ ਕਿਹੜੇ ਕਿਹੜੇ ਗੀਤਕਾਰਾਂ ਦੇ ਗੀਤਕਾਰਾਂ ਦੇ ਗੀਤ ਗਾਏ ਮੈਂ ਜਿਹੜਾ ਮੇਰਾ Song ਬਹੁਤ ਹਿੱਟ ਹੋਇਆ ਉਹ ਪੱਪੂ ਜਗਰਾਉ ਵਾਲਾ ਰਾਜੂ ਰੂਮੀ ਜੀ ਰਾਜ ਜਗਰਾਉ ਜੀ ਜੈਲੀ ਮਨਜੀਤਪੁਰੀ ਜੀ ਹੋਰ ਵੀ ਕਈ ਗੀਤਕਾਰਾਂ ਦੇ ਗੀਤ ਗਾਏ ਨੇ ਜੀ ਬੜੇ ਵਧੀਆ-ਵਧੀਆ ਗੀਤਕਾਰ ਨੇ ਜੀ ਤੇ ਉਹਨਾਂ ਦੇ Song ਮੈਂ ਗਾਏ ਆ ਖੁਦ ਵੀ ਮੈਂ ਲਿਖਦਾ ਬੜਾ ਹੀ ਆਨੰਦ ਦਰਸ਼ਕਾਂ ਨੂੰ ਵੀ ਆਇਆ ਹੋਏਗਾ ਇਹਨਾਂ ਦੀ ਜਿਹੜਾ ਚਲਨੀ ਗੋਬਿੰਦੀਏ ਉਸ ਤੋਂ ਬਾਅਦ ਜਿਹੜੇ ਕਈ ਕੈਸਟਾਂ ਆਈਆਂ ਇਹਨਾਂ ਦੀਆਂ ਬੜਾ ਹੀ ਇਹਨਾਂ ਨੂੰ ਮਾਨ ਮਿਲਿਆ ਜਿਸੀ ਜੀ ਮਾਰਕੀਟ ਵਿੱਚ ਕਿਹੜੀਆਂ-ਕਿਹੜੀਆਂ ਤੁਹਾਡੀਆਂ ਕੈਸਟਾਂ ਆਈਆਂ ਸੋ ਉਹਦੇ ਬਾਰੇ ਥੋੜਾ ਜਿਹਾ ਵਿਸਤਾਰ ਨਾਲ ਸਾਨੂੰ ਦੱਸੋ ਪ੍ਰੀਆ ਆਡੀਓ ਤੋਂ ਆਈ ਸੀ ਮੇਰੀ ਕੁਰਤੀ ਮਲਮਲੀ ਜਿਹਨੂੰ ਬੇਹੱਦ ਪਿਆਰ ਦਿੱਤਾ ਸਰੋਤਿਆਂ ਨੇ ਸੋਹਣੇ ਪੰਜਾਬੀ ਮੇਰੀ ਆਨੰਦ ਕੰਪਨੀ ਤੋਂ ਫੇਰ ਰਿਲੀਜ਼ ਹੋਈ ਤੇ ਸੀਟੀਸੀ 'ਚ ਮੇਰੇ ਸਿੰਗਲ ਟ੍ਰੈਕ ਕਾਫੀ ਆਏ ਇੰਦਰਜੀਤ ਜੀ ਦਾ ਮੈਂ ਬਹੁਤ ਧੰਨਵਾਦ ਦਿਆਂ ਤੇ ਕਾਫੀ ਧਾਰਮਿਕ ਵੀ ਮੇਰੇ ਸੀਟੀਸੀ ਨੇ ਰਿਲੀਜ਼ ਕੀਤੇ ਨੰਬਰ ਮੈਂ ਉਹਨਾਂ ਦਾ ਤਹਿਦਲੋਂ ਸ਼ੁਕਰੀਆ ਕਰਦਾ ਜਸੂ ਜੀ ਆਪਣੀ ਨਿੱਜੀ ਜ਼ਿੰਦਗੀ ਬਾਰੇ ਕੁਝ ਚਾਨਣਾ ਪਾਓ ਵੀ ਕਦੀ ਕਰ ਚ ਇਹਦੇ ਪ੍ਰਤੀ ਗੀਤ ਦੇ ਆਪਣੇ ਸੰਗੀਤ ਦੇ ਪ੍ਰਤੀ ਕੋਈ ਦਿੱਕਤ ਆਈ ਹੋਵੇ ਜਾਂ ਕੋਈ ਇਹੋ ਜਿਹਾ ਹੋਵੇ ਦੇਖੋ ਜੀ ਜਦੋਂ ਤੱਕ ਪਰਿਵਾਰ ਦਾ ਸਾਥ ਨਹੀਂ ਮਿਲਦਾ ਉਦੋਂ ਤੱਕ ਬੰਦਾ ਕਿਸੇ ਵੀ ਖੇਤਰ ਚ ਸਫਲ ਨਹੀਂ ਹੁੰਦਾ ਮੈਨੂੰ ਪਰਿਵਾਰ ਦਾ ਪੂਰਾ ਸਹਿਯੋਗ ਦਿੱਤਾ ਪਰਿਵਾਰ ਨੇ ਬੱਚਿਆਂ ਨੇ ਵੀ ਦਿੱਤਾ ਛੋਟਾ ਬੇਟਾ ਮੇਰਾ ਕੈਨੇਡਾ ਵੱਡਾ ਇੱਥੇ ਆਪਦਾ ਡਾਕਟਰੀ ਦਾ ਕੰਮ ਚਲਾ ਰਿਹਾ ਬੜਾ ਵਧੀਆ ਚੱਲ ਰਿਹਾ ਪਰਿਵਾਰ ਤੇ ਵਾਈਫ ਨੇ ਮੇਰੀ ਨੇ ਬੇਹੱਦ ਮੈਨੂੰ ਮਤਲਬ ਇਸ ਕੰਮ ਚ ਉਤਸ਼ਾਹਤ ਕੀਤਾ ਵੀ ਤੁਸੀਂ ਆਪਦਾ ਖੁੱਲ ਕੇ ਕੰਮ ਕਰੋ ਤੇ ਜਿੰਨਾ ਚਿਰ ਘਰੋਂ ਥਾਪੜਾ ਨਹੀਂ ਮਿਲਦਾ ਉਹਨਾਂ ਚਿਰ ਕੋਈ ਵੀ ਕਲਾਕਾਰ ਤੁਹਾਨੂੰ ਪਤਾ ਹੀ ਆ ਵੀ ਕਾਸ਼ ਜੁਗਰ ਇਸ ਕਰਕੇ ਮੈਂ ਕਰਦਿਆਂ ਦਾ ਆਪਦੇ ਸਾਰੇ ਪਰਿਵਾਰ ਦਾ ਸਾਰੀ ਉਮਰ ਦੇਣੀ ਦੇ ਸਕਦਾ ਜਿਨ੍ਹਾਂ ਨੇ ਮੇਰਾ ਇੰਨਾ ਸਾਥ ਦਿੱਤਾ ਤੇ ਮੈਨੂੰ ਸਟਾਰ ਬਣਨ 'ਚ ਮੇਰੀ ਮਦਦ ਕੀਤੀ ਜਿਸ ਜੀ ਮਾਂ ਦਾ ਪਿਆਰ ਦੀ ਜੇ ਆਪਾਂ ਗੱਲ ਕਰੀਏ ਤਾਂ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਮਾਂ ਦਾ ਪਿਆਰ ਕਿੰਨੀ ਦੇਰ ਮਿਲਿਆ ਕਦੋਂ ਮਾਜੀ ਐਕਸਪਾਇਰ ਹੋਏ ਦੇਖੋ ਜੀ ਮਾਤਾ ਪਿਤਾ ਦਾ ਮੈਂ 26 27 ਸਾਲ ਦਾ ਸੀਗਾ ਮਤਲਬ ਉਹਨਾਂ ਨੂੰ 26 27 ਸਾਲ ਹੋ ਗਏ ਡੈਥ ਹੋ ਗਈ ਉਹਨਾਂ ਦੀ ਦੋ 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 ਸਾਲ ਦਾ ਫਰਕ ਸੀ ਤੇ ਮਾਂ ਮੇਰੀ ਦਾ ਇੱਛਾ ਸੀ ਵੀ ਮੇਰਾ ਪੁੱਤ ਕਲਾਕਾਰ ਬਣੇ ਦਿੱਲੀ ਤਮੰਨਾ ਸੀ ਉਹਨਾਂ ਦੀ ਤੇ ਠੀਕ ਆ ਉਹ ਦੇਖ ਨਹੀਂ ਸਕੇ ਮੈਨੂੰ ਅਫਸੋਸ ਆ ਪਰ ਮੈਂ ਹਰ ਕੰਮ ਲਈ ਜੋ ਜਨਮ ਹੈ ਉਹਨਾਂ ਦਾ ਅਸ਼ੀਰਵਾਦ ਉਹਨਾਂ ਦੀ ਫੋਟੋ ਨੂੰ ਮਾਤਾ ਪਿਤਾ ਦੀ ਨੂੰ ਮੱਥਾ ਟੇਕ ਕੇ ਫੇਰ ਵਾਰ ਜਨਮ ਤੇ ਮੈਂ ਹਰ ਕੰਮ 'ਚ ਸਫਲ ਹੋ ਗੇ ਕਰ ਮੁਰਦਾ ਜਸੀ ਜੀ ਆਪਣੀ ਮੰਮਾ ਬਾਰੇ ਕੋਈ ਦੋ ਲਾਈਨਾਂ ਸਾਨੂੰ ਮਾਂ ਦੇ ਗੀਤ ਦੀਆਂ ਮਾਂ ਦੇ ਬੋਲ ਦੀਆਂ ਮੈਂ ਕਰਨਾ ਰਿਕਵੈਸਟ ਕਰਦਾ ਕਿ ਤੁਸੀਂ ਸਾਡੇ ਦਰਸ਼ਕਾਂ ਤੱਕ ਵੀ ਸੁਣਾਓ ਤੇ ਅਸੀਂ ਵੀ ਸੁਣਨਾ ਚਾਹੁੰਦੇ ਹਾਂ ਭਾਵੇਂ ਲੱਖਾਂ ਜਨਮ ਲੈ ਆਵੇ ਕੋਈ ਉਹ ਮਾਂ ਦਾ ਦੇਣ ਨਹੀਂ ਦੇ ਸਕਦਾ ਮਾਂ ਦੀ ਗੋਦ ਚੋਂ ਮਮਤਾ ਹੈ ਮਿਲਦੀ ਕੋਈ ਹੋਰ ਨਹੀਂ ਦੇ ਸਕਦਾ ਮੇਰਾ ਗੀਤ ਇਹ ਰਿਕਾਰਡ ਹੋਇਆ ਪਿਆ ਇਹ ਰਿਲੀਜ਼ ਕਰਨਾ ਇਹ ਮਾਂ ਪਿਓ ਨੂੰ ਸਮਰਪਿਤ ਮੇਰਾ ਗੀਤ ਹੈ ਬਹੁਤ ਖੂਬ ਜੀ ਜਾਨਦੇ ਜਾਂਦੇ ਦਰਸ਼ਕਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਦੇਖੋ ਜੀ ਮੈਂ ਮੈਸੇਜ ਮੇਰੇ ਗੀਤਕਾਰ ਭਰਾਵਾਂ ਨੂੰ ਤੇ ਸਿੰਗਰ ਭਰਾਵਾਂ ਨੂੰ ਤੇ ਸਰੋਤਿਆਂ ਨੂੰ ਇਹੀ ਕਹਿਣਾ ਚਾਹਾਂਗਾ ਚੰਗਾ ਲਿਖੋ ਚੰਗਾ ਗਾਓ ਚੰਗਾ ਸੁਣੋ ਬਸ ਇਹੀ ਮੇਰਾ ਮੈਸੇਜ ਆ ਤੇ ਵੱਡਿਆਂ ਦਾ ਸਤਿਕਾਰ ਕਰੋ ਛੋਟਿਆਂ ਨਾਲ ਪਿਆਰ ਕਰੋ ਇਹ ਮੇਰੀ ਦਿੱਲੀ ਤਮੰਨਾ ਕਿਉਂਕਿ ਮੈਂ ਵੱਡਿਆਂ ਦਾ ਸਤਿਕਾਰ ਕਰਕੇ ਇਸ ਮੰਜ਼ਲ ਤੇ ਮੈਂ ਵੱਡਿਆਂ ਦਾ ਸਤਿਕਾਰ ਕਰਕੇ ਹੀ ਪਹੁੰਚਿਆ ਮੈਂ ਮੈਂ ਇਹੀ ਕਹੂੰਗਾ ਵੀ ਵੱਡਿਆਂ ਦਾ ਸਤਿਕਾਰ ਕਰੋ ਛੋਟਿਆਂ ਨਾਲ ਪਿਆਰ ਕਰੋ ਧੰਨਵਾਦ ਸ਼ੁਕਰੀਆ ਮਿਹਰਬਾਨੀ 24 ਨਿਊਜ਼ ਦੇਖ ਰਹੇ ਦਰਸ਼ਕਾਂ ਨੂੰ ਅੱਜ ਅਸੀਂ ਮਿਲਾਇਆ ਉੱਗੇ ਸ਼ਖਸੀਅਤ ਗਾयक ਲੋਕ ਗਾਇਕ ਜਸੀ ਹਰਦੀਪ ਜੀ ਨਾਲ ਇਸੇ ਤਰ੍ਹਾਂ ਅਸੀਂ ਪ੍ਰੋਗਰਾਮ ਵਿਚਾਰ ਆਪੋ ਆਪਣੇ ਵਿੱਚ ਅੱਗੇ ਵੀ ਉਗੀਆਂ ਸ਼ਕਤੀਆਂ ਤਾਂ ਨਾਲ ਮਿਲਾਉਂਦੇ ਰਹਾਂਗੇ ਮੈਂ ਡਾਕਟਰ ਰਜਤ ਖੰਨਾ ਕੈਮਰਾਮੈਨ ਜਗਦੀਪ ਸਗੂ ਦੇ ਨਾਲ ਸਤਿ ਸ਼੍ਰੀ ਅਕਾਲ ਧੰਨਵਾਦ